ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਆ ਰਹੀਆਂ ਨੇ। ਇਸੇ ਤਹਿਤ ਨਾਭਾ ਦੀ ਨਵੀਂ ਜੇਲ੍ਹ ਤੋਂ ਖਬਰ ਆਈ ਹੈ ਕਿ ਉੱਥੇ ਜੇਲ੍ਹ ਦੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਸੀ, ਜਿਨ੍ਹਾਂ ਵਿੱਚੋਂ 148 ਕੈਦੀ ਹੈਪੇਟਾਈਟਸ ਸੀ ਯਾਨੀ ਕਾਲੇ ਪੀਲੀਏ ਦੀ ਲਪੇਟ ਵਿੱਚ ਹਨ। ਨਾਭਾ ਸਰਕਾਰੀ ਹਸਪਤਾਲ ਦੇ ਸਹਾਇਕ SMO ਪ੍ਰਦੀਪ ਅਰੋੜਾ ਨੇ ਦੱਸਿਆ ਕਿ ਕੱਲ੍ਹ ਜੋ ਗਿਣਤੀ ਕੀਤੀ ਗਈ ਸੀ ਉਹ 300 ਕੈਦੀ ਪੀੜਤ ਦੱਸੇ ਗਏ ਸੀ, ਪਰ ਦੁਬਾਰਾ ਸੋਧ ਕਰਨ 'ਤੇ ਇਹ ਗਿਣਤੀ 148 ਹੈ ਅਤੇ ਪੱਕੀ ਪੁਸ਼ਟੀ ਹੋਈ ਹੈ ਕਿ ਨਾਭਾ ਜੇਲ੍ਹ ਦੇ 148 ਕੈਦੀ ਕਾਲੇ ਪੀਲੀਏ ਦੀ ਬਿਮਾਰੀ ਨਾਲ ਪੀੜਤ ਨੇ। ਜੇਲ੍ਹ 'ਚ ਕੱਲ੍ਹ ਗੱਲ ਫੈਲੀ ਸੀਗੀ, ਪੁਸ਼ਟੀ ਵੀ ਕੀਤੀ ਸੀਗੀ, 300 ਮਰੀਜ਼ ਪੋਜ਼ਿਟਿਵ ਆਏ ਨੇ। ਕਿਸ ਤਰ੍ਹਾਂ ਦੇ ਹੁਣ ਰਿਪੋਰਟ ਸਾਹਮਣੇ? ਐਕਚੁਲੀ 300 ਦੀ ਰਿਪੋਰਟ ਗਲਤ ਹੈਗੀ ਹੈ, ਕੋਈ ਕਨਫਿਊਜ਼ਨ ਹੋ ਗਈ। ਜਿਹੜੇ LT ਗਏ ਸੀ ਸਾਡੇ, ਜਾਂ ਤਾਂ ਉਹਨਾਂ ਦੇ ਲੈਵਲ 'ਤੇ ਕਿਤੇ ਕੈਲਕੂਲੇਸ਼ਨ 'ਚ ਐਰਰ ਹੋ ਗਿਆ, ਜਾਂ ਉਹਨਾਂ ਨੇ ਇਹ ਵੀ ਉੱਥੇ ਕਈ ਟੀਮਾਂ ਚੱਲ ਰਹੀਆਂ ਸੀਗੀਆਂ, NGOs ਕੋਈ TBA ਦਾ ਸਰਵੇ ਵੀ ਚੱਲ ਰਿਹਾ ਸੀਗਾ, HIV ਦਾ ਵੀ ਕਰ ਰਹੇ ਸੀਗੇ, ਹੈਪੇਟਾਈਟਿਸ B ਦਾ ਵੀ ਕੀਤਾ। ਇਸ ਕਰਕੇ ਜੇ ਕੋਈ ਕਨਫਿਊਜ਼ਨ ਹੋ ਗਈ ਅਤੇ ਉਹ ਕਨਫਿਊਜ਼ਨ ਜੇਲ੍ਹ ਸੁਪਰਡੈਂਟ ਦੇ ਲੈਵਲ 'ਤੇ ਵੀ ਹੋਈ ਹੈ ਅਤੇ ਇੱਥੇ ਵੀ LT ਨੇ ਵੀ ਕੁਛ ਹੈਗਾ ਥੋੜ੍ਹਾ। ਜੇਲ੍ਹ ਸੁਪਰਡੈਂਟ ਨੇ ਕੀ ਲਿਖ ਕੇ ਭੇਜਿਆ ਗਿਆ ਸੀ ਤੁਹਾਨੂੰ? ਉਹਨਾਂ ਨੇ ਤਾਂ ਇਹੀ ਲਿਖਿਆ ਸੀਗਾ ਵੀ 300 ਦੇ ਕਰੀਬ ਕੈਦੀ ਹੈਗੇ ਨੇ ਜਿਹਨਾਂ ਪੋਜ਼ਿਟਿਵ ਹੈਗੇ ਨੇ ਅਤੇ ਤੁਸੀਂ ਇਹਦਾ ਬੰਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇ। ਅਤੇ ਹੁਣ ਕੀ ਸਾਹਮਣੇ ਆਏ? ਹੁਣ ਅਸੀਂ ਜਦੋਂ ਦੁਬਾਰਾ ਸਾਰੇ ਉਹਨਾਂ ਦੇ ਕਾਗਜ਼ ਵਗੈਰਾ ਮੰਗਵਾਏ ਨੇ, ਰਜਿਸਟਰ ਵਗੈਰਾ, ਅਤੇ ਉਹ ਟੋਟਲ ਕੈਲਕੂਲੇਟ ਕੀਤੇ, 148 ਪੋਜ਼ਿਟਿਵ ਕੇਸ ਬਣੇ ਨੇ ਸੀ ਹੈਪੇਟਾਈਟਿਸ ਸੀ ਦੇ। ਅਤੇ ਹੁਣ ਇਹ ਕਿਸ ਨਾਲ ਹੋ ਸਕਦਾ ਜਿਹੜਾ 148 ਆਏ ਨੇ? ਫਿਰ ਵੱਡੀ ਫਿਕਰ ਹੈ ਇਹ ਜ਼ਿਆਦਾ, ਦੇਖੋ ਜ਼ਿਆਦਾ ਚਾਂਸ ਤਾਂ ਇਹਨਾਂ ਦਾ ਜਿਹੜੇ ਕੈਦੀ ਹੈ ਕੁਛ ਇਹ ਨਸ਼ਾ ਵਗੈਰਾ ਕਰਦੇ ਨੇ ਤਾਂ ਨੀਡਲ ਅਤੇ ਸਰਿੰਜ ਜਿਹੜੇ ਸ਼ੇਅਰ ਕਰਦੇ ਨੇ, ਕਿਉਂਕਿ ਫਰੀਲੀ ਅਵੇਲੇਬਲ ਨਹੀਂ ਹੁੰਦੀਆਂ, ਅਤੇ ਉਹ ਇੱਕ ਸਰਿੰਜ ਨਾਲ ਹੀ, ਨੀਡਲ ਦੇ ਨਾਲ ਹੀ ਮੈਨੂੰ ਲੱਗਦਾ ਇੰਜੈਕਸ਼ਨ ਲਗਾਉਂਦੇ ਰਹਿੰਦੇ ਹੋਣੇ, ਤਾਂ ਉਹਦੇ ਨਾਲ ਇਹ ਇਨਫੈਕਟਿਵਿਟੀ ਬਹੁਤ ਜ਼ਿਆਦਾ ਫੈਲ ਜਾਂਦੀ, ਬਲੱਡ ਦੇ ਨਾਲ ਫੈਲਦੀ ਹੈ। ਹੋਰ ਵੀ ਸੈਂਪਲ ਚੈੱਕ ਕਰੋਗੇ? ਹੋਰ ਵੀ ਸੈਂਪਲ ਲਵਾਂਗੇ। 800 ਕੈਦੀਆਂ ਤਾਂ ਅਸੀਂ ਟੈਸਟ ਕਰ ਲਿੱਤੇ ਹੈਗੇ, 300 ਕੈਦੀ ਤਕਰੀਬਨ ਹੋਰ ਰਹਿੰਦੇ ਨੇ। ਟ੍ਰੀਟਮੈਂਟ ਕਿਵੇਂ ਸ਼ੁਰੂ ਹੋਊਗਾ ਜਿਹੜੇ 148 ਦਾ ਜਿਹੜਾ ਤੁਸੀਂ ਦੱਸਿਆ? ਟ੍ਰੀਟਮੈਂਟ ਪਹਿਲਾਂ ਇਹਨਾਂ ਦਾ ਅਸੀਂ ਕੁਛ ਲੈਬ ਟੈਸਟ ਵਗੈਰਾ ਹੋਰ ਹੁੰਦੇ ਨੇ ਉਹ ਟੈਸਟ ਕਰਾਵਾਂਗੇ, ਜਿਸ 'ਚੋਂ ਇੱਕ ਵਾਇਰਲ ਲੋਡ ਟੈਸਟ ਕਰਨਾ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ। ਵੈਸੇ ਕਾਫੀ ਕੋਸਟਲੀ ਟੈਸਟ ਹੈ ਵਾਇਰਲ ਲੋਡ ਟੈਸਟ, ਲੇਕਿਨ ਉਹ ਸਾਡਾ ਕਿਸੇ ਪ੍ਰਾਈਵੇਟ ਕਿਸੇ ਕੰਪਨੀ ਨਾਲ PPE ਮੋਡ 'ਤੇ ਸ਼ੁਰੂ ਕੀਤੇ ਨੇ, ਤਾਂ ਉਹ ਅਸੀਂ ਟੈਸਟ ਕਰਾਉਣੇ ਸ਼ੁਰੂ ਕਰਤੇ ਸੀ। ਕੱਲ੍ਹ ਵੀ ਕਰਾਏ ਨੇ ਤਕਰੀਬਨ 25 ਬੰਦੇ ਦੇ, ਕੱਲ੍ਹ ਹੋ ਗਏ, ਅੱਜ ਵੀ ਲੜਕਾ ਸਾਡਾ ਗਿਆ ਹੋਇਆ, ਅਤੇ ਉਹ ਵਾਇਰਲ ਟੈਸਟ ਕਰਕੇ ਫਿਰ ਉੱਥੇ ਲੋਡ ਤੋਂ ਪਤਾ ਚੱਲੇਗਾ ਵੀ ਕਿਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਅਤੇ ਕਿੱਦਾਂ ਦੀ ਟ੍ਰੀਟਮੈਂਟ ਦੀ ਲੋੜ ਹੈ। ਫਿਰ ਅਸੀਂ ਜਿਵੇਂ ਵੀ ਪੋਸੀਬਲ ਹੋ ਸਕੇ ਅਸੀਂ ਜਲਦ ਤੋਂ ਜਲਦੀ ਇਹਨਾਂ ਦਾ ਇਲਾਜ ਕਰਨਾ ਸ਼ੁਰੂ ਕਰਦੇ ਹਾਂ। ਐਡਮਿਟ ਵੀ ਕਰਨ ਦੀ ਲੋੜ ਪੈ ਸਕਦੀ? ਨਹੀਂ, ਇਹਨਾਂ ਨੂੰ ਵੈਸੇ ਜ਼ਿਆਦਾਤਰ ਕੇਸਾਂ 'ਚ ਐਡਮਿਸ਼ਨ ਦੀ ਲੋੜ ਨਹੀਂ ਪੈਂਦੀ, ਇਹ ਓਪਨ ਟ੍ਰੀਟਮੈਂਟ ਹੀ ਹੈਗੀ ਹੈ, ਪਰ ਐਂ ਵੀ ਥੋੜ੍ਹਾ ਲੰਬਾ ਕੋਰਸ ਹੈ, ਥੋੜ੍ਹਾ ਕੋਸਟਲੀ ਵੀ ਹੈ। ਕਿੰਨਾ? 3-4 ਮਹੀਨੇ ਟ੍ਰੀਟਮੈਂਟ ਚੱਲਦੀ ਲਗਾਤਾਰ। ਅੱਛਾ, ਲਗਾਤਾਰ। ਹਾਂਜੀ। ਫਿਰ ਇਹਦੀ ਰੋਕਥਾਮ ਲਈ ਕੀ ਕੁਛ ਹੈਗਾ ਜੀ? ਰੋਕਥਾਮ ਦੇਖੋ ਅਵੇਅਰਨੈਸ ਹੀ ਹੈ, ਆਪਾਂ ਉਹਨਾਂ ਨੂੰ ਜੇਲ੍ਹ ਅਥੋਰਟੀਜ਼ ਨੂੰ ਵੀ ਕੁਛ ਅਵੇਅਰ ਕਰਾਂਗੇ, ਕੁਛ ਕੈਂਪ ਵਗੈਰਾ ਲਗਾਵਾਂਗੇ, ਕੁਛ ਉਹਨਾਂ ਨੂੰ ਹੈਲਥ ਅਵੇਅਰਨੈਸ ਦੇਵਾਂਗੇ ਵੀ ਜਿਹੜੀਆਂ ਨੀਡਲ ਸਰਿੰਜ ਵਗੈਰਾ ਸ਼ੇਅਰ ਨਹੀਂ ਕਰਨੀਆਂ ਹੁੰਦੀਆਂ ਬਿਲਕੁਲ। ਦੇਖੋ ਕਈ ਵਾਰ ਇੱਦਾਂ ਹੁੰਦਾ ਕਿ ਕੈਦੀ ਪਹਿਲਾਂ ਹੀ ਘਰੋਂ ਜਿਵੇਂ ਜਾਂਦੇ ਨੇ ਜਾਂ ਜੇਲ੍ਹ ਜਿਵੇਂ ਗਏ ਨੇ ਸਜ਼ਾ ਕੱਟਣ ਗਏ ਨੇ ਪਹਿਲਾਂ ਵੀ ਪੋਜ਼ਿਟਿਵ ਹੋ ਸਕਦੇ ਨੇ, ਅਤੇ ਉੱਥੇ ਜਾ ਕੇ ਥੋੜ੍ਹਾ ਬਹੁਤ ਤਾਂ ਦੇਖੋ ਫੈਲਿਆ ਹੀ ਹੋਏਗਾ, ਜਾਂ ਪੈਰੋਲ 'ਤੇ ਜਾਂਦੇ ਉਦੋਂ ਵੀ ਨਸ਼ਈ ਵਗੈਰਾ ਤਾਂ ਹੈਗੇ ਨੇ, ਦਿਲ 'ਚ ਜ਼ਿਆਦਾਤਰ ਬੰਦੇ ਹੋ ਜਾਂਦੇ ਨੇ, ਬਾਕੀ ਚਾਂਸਿਸ ਤਾਂ ਹੈਗਾ ਕਿ ਸ਼ੇਅਰ ਕੀਤੀ ਹੋਣਗੀਆਂ ਨੀਡਲਸ ਵਗੈਰਾ, ਪੋਸੀਬਿਲਟੀ ਤਾਂ ਹੈ, ਬਾਕੀ ਸੁਪਰਡੈਂਟ ਸਾਹਿਬ ਦੱਸਣਗੇ ਜ਼ਿਆਦਾ। ਜੇਲ੍ਹ 'ਚ ਲੈਟਰ ਤੁਹਾਡੇ ਕੋਲ ਕਦੋਂ ਆਇਆ ਸੀ? ਕਿਸ ਚੀਜ਼ ਦਾ ਜੀ? ਜਿਹੜਾ ਜੇਲ੍ਹ 'ਚੋਂ ਆਇਆ ਸੀ ਸਾਡੇ ਟ੍ਰੀਟਮੈਂਟ, ਇਹ ਕੱਲ੍ਹ ਹੀ ਆਇਆ।